ਬਠਿੰਡਾ ਦੇ ਅਜੀਤ ਰੋਡ ਉੱਤੇ ਇੱਕ ਬੁਟੀਕ ਵਿੱਚ ਕੁਝ ਔਰਤਾਂ ਦੀਵਾਲੀ ਮੰਗਣ ਦੇ ਬਹਾਨੇ ਦੁਕਾਨਦਾਰ ਕੋਲ ਆਈਆਂ ਤੇ ਉਹਨਾਂ ਨੇ ਗਿੱਧਾ ਬੋਲੀਆਂ ਪਾਉਂਦਿਆਂ ਦੁਕਾਨਦਾਰ ਨੂੰ ਘੇਰਾ ਪਾ ਲਿਆ ਤੇ ਮਗਰ ਖੜੀਆਂ ਔਰਤਾਂ ਨੇ ਕੁਝ ਸੂਟ ਬੋਰੀ 'ਚ ਪਾ ਲਏ ਪਰ ਕੁਝ ਸੂਟ ਥੱਲੇ ਡਿੱਗਣ ਕਾਰਨ ਦੁਕਾਨਦਾਰ ਨੂੰ ਪਤਾ ਲੱਗ ਗਿਆ ਤਾਂ ਔਰਤਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸੂਟ ਰਸਤੇ ਵਿੱਚ ਹੀ ਸੁੱਟ ਦਿੱਤੇ ਲੋਕਾਂ ਦੀ ਮਦਦ ਨਾਲ ਔਰਤਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਬਿਊਟੀਕ ਦੇ ਮਾਲਕ ਨੇ ਦੱਸਿਆ ਕਿ ਕੁਝ ਔਰਤਾਂ ਦੀਵਾਲੀ ਮੰਗਣ ਬਹਾਨੇ ਮੇਰੇ ਕੋਲ ਆਈਆਂ ਉਹਨਾਂ ਨੇ ਬਿਊਟੀਕ ਤੋਂ ਸੂਟ ਚੋਰੀ ਕਰ ਲਏ ਅਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸੂਟ ਰਸਤੇ ਵਿੱਚ ਹੀ ਸੁੱਟ ਭੱਜ ਗਈਆਂ ਪਰ ਲੋਕਾਂ ਦੀ ਮਦਦ ਨਾਲ ਇਹਨਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ ਹੈ ਇਹ ਦਿਵਾਲੀ ਮੰਗਣ ਦੇ ਬਹਾਨੇ ਮੇਰੇ ਕੋਲ ਆਈਆਂ ਇਹ ਦੁਕਾਨ ਤੇ ਜਦੋਂ ਦਿਵਾਲੀ ਮੰਗਣ ਆਈਆਂ ਤੇ ਦੋ ਅੱਗੇ ਆ ਗਈ ਬਾਕੀ ਪਿੱਛੇ ਕਿਨਾਂ ਕੱਪੜੇ ਦੁਕਾਨ ਚੱਕ ਲਈ ਮੈਂ ਕੱਪੜੇ ਡਿੱਗੇ ਹੋਏ ਦੇਖੇ ਮੈਨੂੰ ਪਤਾ ਲੱਗਾ ਹੱਕ ਪੈ ਗਿਆ ਵੀ ਇਹ ਕੱਪੜੇ ਚੱਕੇ ਇਹਨਾਂ ਨੇ ਤੇ ਨਾਲ ਦੀ ਨਾਲ ਹੀ ਮੈਂ ਪਿੱਛੇ ਭੱਜ ਲਿਆ ਕੱਪੜੇ ਸੁੱਟ ਕੇ ਭੱਜ ਲਈਆਂ ਮੈਂ ਫੜ ਕੇ ਇਹਨਾਂ ਨੂੰ ਸੁੱਟ ਲਿਆ ਜੀ बाकी मौके ते पहुंचे हैं जो भी उन्होंने स्टेटमेंट होगी जो भी बनती कार्रवाई है मिल जाती है अपने अजीत रोड से गुरुद्वारा साहब लेडीज पांच तो सात लेडीज दसियां जा रही ने बाकी जी वेरीफाई करके डिटेल दस दूंगा समान वो कहें मौके पर इन्हों तो फड़ लिया चोरी कर दी फड़िया गई तो समान सुट के वो भज ली है बाकी आप जी हजे मौके पर जस्ट पहुंचे ही हैं वेरीफाई करके जो बनूंगा वो कर पाएंगे अजीत पंजाबी दी ऑथेंटिक खबरों के लिए सबसक्राइब करो अजीत वैब टीवी ताज़ी खबरों की नोटिफिकेशन पाने के लिए बैल आइकन पर क्लिक करो।